आयो मुड़े तीन बज गए ਕਿੰਨੇ ਵਜੇ ਤੱਕ ਕੰਮ ਕਰੋਗੇ ਅਸੀਂ ਬਾਬਾ ਜੀ 7 ਵਜੇ ਤੱਕ ਕਰਾਂਗੇ ਜੀ ਅੱਜ ਕੀ ਲੱਗਦਾ ਅੱਜ ਵਿਕ ਜਾਣਗੇ ਕਿ ਨਹੀਂ ਹੁਣ ਤਾਂ 3 ਵਜੇ ਵੱਜ ਗਏ ਆ ਤੇ 30 ਰੁਪਏ ਕਮਾਏ ਆ ਤੇ ਨਹੀਂ ਵਿਕਨੇ ਜਾਪਦੀ ਅੱਜ ਨਹੀਂ ਵਿਕਨੇ ਲੱਗਦਾ ਅੱਜ ਨਹੀਂ ਵਿਕਨੇ ਇਹ ਮਾਲ ਖਰਾਬ ਹੋ ਜਾਣਾ ਜਿਹੜਾ ਮੈਨੂੰ ਪੱਲੇ ਪੈ ਜਾਣਾ ਜੀ ਤੇ ਬਾਬਾ ਜੀ ਕੀ ਕਦੀ ਗਿਲਾ ਨਹੀਂ ਆਇਆ ਗੁਰੂ ਤੇ ਕਿ ਮਹਾਰਾਜ ਨਹੀਂ ਕਈ ਦਾ ਮਹਾਰਾਜ ਅਰਦਾਸਾਂ ਬੇਨਤੀਆਂ ਕਰੀਏ ਮਹਾਰਾਜ ਕਰੋ ਕਿਰਪਾ ਹੱਟ ਤੇ ਵੀ ਹਾਂ ਤੇ ਹੁਣ ਮਰਜੀ ਉਹਨਾਂ ਦੀ ਆਪਾਂ ਕੀ ਕਰ ਸਕਦੇ ਤੇ ਸ਼ੁਕਰ ਚ ਰਹਿੰਦੇ ਉਹਦੇ ਹੁਕਮ ਚ ਰਹਿੰਦੇ ਹੁਕਮ ਉਹਦੇ ਚ ਰਹਿਣਾ ਪੈਣਾ ਬਾਬਾ ਜੀ ਹੁਣ ਕੀ ਕਰ ਸਕਦੇ ਆ ਜੇ ਕਿਸੇ ਨੂੰ ਕੀ ਕਰਨਾ ਕੋਈ ਗਿਲਾ ਨਹੀਂ ਗੁਰੂ ਤੇ ਨਾ ਸ਼ੁਕਰ ਆ ਬਸ ਸ਼ੁਕਰ ਹੈ ਉਹਦਾ ਵੀ ਅੱਛਾ ਇੱਕ ਗੱਲ ਪੁੱਛਦਾ ਇੱਕ ਮਨ ਦੀ ਇੱਛਾ ਕੋਈ ਹੈਗੀ ਆ ਕਿ ਮੈਨੂੰ ਆਹ ਚੀਜ਼ ਮਿਲ ਜੇ ਤਾਂ ਮੇਰਾ ਕੰਮ ਵਧੀਆ ਹੋ ਜੇ ਕੋਈ ਇੱਛਾ ਬਾਬਾ ਜੀ ਇੱਛਾ ਇਹੋ ਆ ਵੀ ਰੇੜੀ ਮਿਲ ਜੇ ਅੱਛਾ ਤੇ ਆਪਣਾ ਕਾਰੋਬਾਰ ਮੜਾ ਮੋੜ ਜਿਹੜਾ ਇੱਥੇ ਵੱਧ ਸਮਾਨ ਕਈ ਥੋੜਾ ਬਹੁਤ ਅੱਛਾ ਇਹ ਤੁਹਾਡੀ ਇੱਛਾ ਵਾ ਹਾਂਜੀ गंढे पालांगे आलू पालांगे ते तो पैसे लै लूगे सुधारी ठीक है ए तुहाडी इच्छा वा हां जी ते लैणी हुंदी रेहड़ी नहीं जी बाबा जी सटा लगियां एक्सीडेंट होया नहीं किन्ने दी आंदी है पता नहीं बाबा जी 10-12 हजार की आऊगी ते ओ ती खरीद नहीं सकदे नहीं खरीद सकदे 12 हजार रुपया नहीं है नहीं बाबा जी ਤੁਹਾਡੇ ਤੁਹਾਨੂੰ ਦੱਸਣ ਦੇ ਟਾਈਮ 30 ਰੁਪਏ ਕਮਾਈ ਸੀ ਜੀ ਤੇ ਇਹਨਾਂ ਨਾਲ ਘਰ ਦਾ ਸਰਕਲ ਚੱਲੂ ਜਾਂ ਰੇੜੀ ਖਰੀਦਾਂਗੇ ਤੇ ਜੇਕਰ ਗੁਰੂ ਰਾਮਦਾਸ ਪਾਸ਼ਾ ਲੈ ਜਾਣ ਫੇਰ ਤੇ ਕਿਰਪਾ ਜੂ ਦਾ ਸ਼ੁਕਰ ਕਰਾਂਗੇ ਬਿਲਕੁਲ ਸੱਚੇ ਪਾਸ਼ਾ ਕਿਰਪਾ ਕਰਨ ਬਾਬਾ ਜੀ ਮੈਂ ਤੁਹਾਡੇ ਕੋ ਐਕਚੁਅਲੀ ਤੁਹਾਨੂੰ ਜਾਣਦਿਆਂ ਹੋਇਆ ਦੇਖਿਆ ਸੀ ਠੀਕ ਹੈ ਜੀ ਹਾਂਜੀ ਤੇ ਮੈਨੂੰ ਤੁਹਾਡੇ ਨਾ ਪਿੱਛੋਂ ਜਿਹੜੀ ਕਮੀਜ਼ ਤੁਹਾਡੀ ਪਾਟੀ ਹੋਈ ਹੈ ਪਿੱਛੋਂ ਹਾਂਜੀ ਮੈਂ ਦੇਖਿਆ ਤੁਹਾਡੇ ਕੱਪੜੇ ਥੋੜੇ ਹੋਏ ਪਾਟੇ ਆ ਹਾਂਜੀ ਤੇ ਮੈਨੂੰ ਲੱਗਾ ਸੀ ਤੁਹਾਨੂੰ ਦੇਖ ਕੇ ਸਾਈਕਲ ਵੀ ਤੁਹਾਡਾ ਜਿਹੜਾ ਕਿ ਟੁੱਟਾ ਹੋਇਆ ਤੇ ਮੈਨੂੰ ਲੱਗਾ ਸੀ ਕਿ ਬਜ਼ੁਰਗ ਜਿਹੜੇ ਚੰਗੀ ਹਾਲਾਤਾਂ ਵਿੱਚ ਨਹੀਂ ਹੈਗੇ ਹਾਂਜੀ ਤਾਂ ਕਰਕੇ ਤੁਹਾਨੂੰ ਬ੍ਰੇਕ ਮਰਵਾ ਲਈ ਹਾਂਜੀ ਬਾਬਾ ਜੀ ਤੇ ਬਾਬਾ ਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਠੀਕ ਹੈ ਮੈਂ ਤੁਹਾਨੂੰ ਦੱਸ ਦਵਾਂ ਠੀਕ ਹੈ ਜੀ ਤੇ ਤੁਹਾਡੀ ਜਿਹੜੀ ਇੱਛਾ ਵਾ ਇੱਕ ਰੇੜੀ ਦੀ ਹਾਂਜੀ ਗੁਰੂ ਹੁਕਮਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਪੂਰੀ ਕਰ ਦਈਏ ਠੀਕ ਹੈ ਬਾਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਰਨਾ ਆਪਣੇ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ 2 ਜਾਂ 3 ਦਿਨਾਂ ਤੱਕ ਫਿਰ ਸੰਪਰਕ ਕਰਾਂਗਾ ਤੁਹਾਡਾ ਕੀ ਫੋਨ ਨੰਬਰ ਹੈਗਾ ਫੋਨ ਨੰਬਰ ਨਹੀਂ ਹੈ ਨਹੀਂ ਹੈ ਨਹੀਂ ਹੈਗਾ ਐਕਚੁਅਲੀ ਬਾਬਾ ਜੀ ਅਸੀਂ ਤੁਹਾਡੀ ਵੀਡੀਓ ਦੇ ਜ਼ਰੀਏ ਨਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਸੀ ਉਹ ਇਹੀ ਸੀ ਕਿ ਤੁਹਾਡੇ ਵਰਗਿਆਂ ਦੀ ਬਾਹ ਫੜਨੀ ਕਿਰਤ ਦੇਣੀ ਹਾਂਜੀ ਬਾਬਾ ਅਸੀਂ ਤੁਹਾਡੀ ਵੀਡੀਓ ਅਸੀਂ ਨਾ ਸ਼ੇਅਰ ਕਰਾਂਗੇ ਪਿਆਰਿਓ ਲੋਕਾਂ ਤੱਕ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਸਿੱਖ ਕਦੀ ਮੰਗਦਾ ਨਹੀਂ ਮਿਹਨਤ ਕਰਦਾ ਮਿਹਨਤ ਕਰਦਾ ਤੁਸੀਂ ਮੰਗਦੇ ਨਹੀਂ ਪਏ ਤੁਸੀਂ ਮਿਹਨਤ ਕਰਦੇ ਪਏ ਹੋ ਹਾਂਜੀ ਬਾਬਾ ਜੀ ਬੇਸ਼ੱਕ ਤੁਸੀਂ 30 ਰੁਪਏ ਕਮਾਏ ਆ ਹਾਂਜੀ ਤੇ ਜੇ ਤੁਸੀਂ ਮੰਗਦੇ ਹੁੰਦੇ ਨਾ ਹੁਣ ਤੱਕ ਤੁਸੀਂ 300 ਰੁਪਇਆ ਕਮਾ ਕੇ ਲੈਣਾ ਸੀ ਪਰ ਗੁਰੂ ਨਾਨਕ ਦਾ ਸਿੱਖ ਕਦੀ ਮੰਗਦਾ ਨਹੀਂ ਨਹੀਂ ਜੀ ਠੀਕ ਹੈ ਜੀ ਇਹ ਚੀਜ਼ ਤੁਸੀਂ ਅੱਜ ਜ਼ਾਹਿਰ ਕੀਤੀ ਆ ਹਾਂਜੀ ਤੇ ਤੁਹਾਡੀ ਕਮਾਈ ਜਿਹੜੀ ਹੈ ਜਿਹੜੀ ਤੁਸੀਂ 30 ਰੁਪਏ ਫੜੇ ਨਾ ਖਾਲਸਾ ਜੀ ਹਾਂਜੀ ਇਹ ਜਿਹੜੀ ਕਿਰਤ ਦੀ ਕਮਾਈ ਹੈ ਇਹ ਉਹਨਾਂ 300 ਤੋਂ ਵੀ ਵਧੀਆ ਵਾ ਜਿਹੜੇ ਮੰਗ ਕੇ ਖਾਂਦੇ ਆ ਹਾਂਜੀ ਠੀਕ ਹੈ ਜੀ ਤੁਸੀਂ ਕਿਰਤ ਦੀ ਕਮਾਈ ਕਰਦੇ ਹੋ ਤਾਂ ਤੁਹਾਡੇ ਅੱਗੇ 100 ਵਾਰੀ ਸਲਾਮ ਆ ਖਾਲਸਾ ਜੀ ਠੀਕ ਹੈ ਤੁਸੀਂ ਇੱਕ ਸਾਡੀ ਬੁਨਿਆਦ ਹੋ ਕਿ ਸਿੱਖ ਕਦੀ ਮੰਗਦਾ ਨਹੀਂ ਮਿਹਨਤ ਕਰਦਾ ਮਿਹਨਤ ਕਰਦਾ ਗੁਰਸਿੱਖ ਆ ਬਜ਼ੁਰਗ ਹੋ ਗਿਆ ਕਿੰਨੀ ਉਮਰ ਹੋਣੀ ਬਾਬਾ ਜੀ ਬਾਬਾ ਜੀ ਹੋਊਗੀ 40-50 ਦੇ ਲਾਗੇ ਬੰਨੇ 50 ਦੇ ਲਾਗੇ ਬੰਨੇ ਹੋਣੀ ਹਾਂਜੀ ਤੇ ਦੇਖ ਲਓ ਇੱਕ ਰੇੜੀ ਦੀ ਦਿਲੋਂ ਤਮੰਨਾ ਲੇਕਿਨ ਖਰੀਦ ਨਹੀਂ ਸਕਦਾ ਖਰੀਦ ਨਹੀਂ ਸਕਦੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਕਰਨ ਆਪਾਂ ਇਸ ਬਜ਼ੁਰਗ ਦੀ ਜਿਹੜੀ ਇੱਛਾ ਹੈ ਨਾ ਉਹ ਅਸੀਂ ਪੂਰਾ ਕਰਕੇ ਦਈਏ ਸੰਗਤ ਜੀ ਤੇ ਬਾਬਾ ਜੀ ਖੁਸ਼ ਹੋ ਗਏ ਉਦੋਂ ਜਦੋਂ ਮਿਲ ਜੂਗੀ ਰੇ ਮੈਂ ਨਾ ਸ਼ੁਕਰਾਨਾ ਕਰਾਂਗਾ ਗੁਰੂ ਅਰਜਨ ਦੇਵ ਦਾ ਦੇ ਚਲੋ ਪਿਆਰਿਓ ਦਿਓ ਸਾਨੂੰ 4 ਦਿਨ ਦੇ ਦਿਓ ਆਇਓ ਇੱਕ ਮਿੰਟ ਇੱਧਰ ਲੈ ਆਇਓ ਘੁਮਾ ਕੇ ਵੇਚਣ ਦੇ ਆਇਓ ਪਿਆਰਿਓ ਆਇਓ ਲੱਗੇ ਆਇਓ ਕੀ ਵੇਚਦੇ ਜੀ ਬਾਬਾ ਜੀ ਕਚਾਲੂ ਤੇ ਮਰੂਦ ਵੇਚਦੇ ਜੀ ਕਚਾਲੂ ਤੇ ਮਰੂਦ ਵੇਚਦੇ ਹੋ ਹਾਂਜੀ ਅੱਛਾ ਸਾਈਕਲ ਦੀ ਵੇਚਦੇ ਪਏ ਹੋ ਪਿਆਰਿਓ ਹਾਂਜੀ ਬਾਬਾ ਜੀ ਕਿੰਨੇ ਪੈਸੇ ਕਮਾਏ ਜੀ ਪਾਪਾ ਜੀ ਇਹ ਬਾਬਾ ਜੀ 30 ਰੁਪਏ ਕਮਾਏ ਸੀ ਝੂਠ ਕੇ ਸੱਚ ਨਹੀਂ ਸੱਚ ਜੀ ਦਿਖਾਓ ਕਿੱਥੇ ਆ ਪੈਸੇ ਆ ਜੀ 30 ਰੁਪਏ ਬਸ ਹਾਂਜੀ ਕੋਈ ਟਾਈਮ ਹੋ ਗਿਆ ਵਾ 3 ਹਾਂਜੀ 3 ਵੱਜ ਗਏ ਆ ਤੇ ਕਿੰਨੇ ਵਜੇ ਤੱਕ ਕੰਮ ਕਰੋਗੇ ਅਸੀਂ ਬਾਬਾ ਜੀ 7 ਵਜੇ ਤੱਕ ਕਰਾਂਗੇ ਜੀ ਅੱਜ ਕੀ ਲੱਗਦਾ ਅੱਜ ਵਿਕ ਜਾਣਗੇ ਕਿ ਨਹੀਂ ਹੁਣ ਤਾਂ 3 ਵਜੇ ਵੱਜ ਗਏ ਆ ਤੇ 30 ਰੁਪਏ ਕਮਾਏ ਆ ਤੇ ਨਹੀਂ ਵਿਕਨੇ ਜਾਪਦੀ
ਅੱਜ ਨਹੀਂ ਵਿਕਣੇ ਲੱਗਦੇ ਅੱਜ ਨਹੀਂ ਵਿਕਣੇ ਇਹ ਮਾਲ ਖਰਾਬ ਹੋ ਜਾਣਾ ਜਿਹੜਾ ਮੈਨੂੰ ਪੱਲਿਓ ਪੈ ਜਾਣਾ ਜੀ ਤੇ ਬਾਬਾ ਜੀ ਕੀ ਕਦੀ ਗਿਲਾ ਨਹੀਂ ਆਇਆ ਗੁਰੂ ਤੇ ਕਿ ਮਹਾਰਾਜ ਨਹੀਂ ਕਹੀ ਦਾ ਮਹਾਰਾਜ ਅਰਦਾਸਾਂ ਬੇਨਤੀਆਂ ਕਰੀਏ ਮਹਾਰਾਜ ਕਰੋ ਕਿਰਪਾ ਹਟ ਕੇ ਵੀ ਤੇ ਹੁਣ ਮਰਜ਼ੀ ਉਹਨਾਂ ਦੀ ਆਪਾਂ ਕੀ ਕਰ ਸਕਦੇ ਹਾਂ ਸ਼ੁਕਰ ਚ ਰਹਿੰਦੇ ਉਹਦੇ ਹੁਕਮ ਚ ਰਹਿੰਦੇ ਹੁਕਮ ਉਹਦੇ ਚ ਰਹਿਣਾ ਪੈਣਾ ਬਾਬਾ ਜੀ ਹੁਣ ਕੀ ਕਰ ਸਕਦੇ ਹਾਂ ਜੇ ਕਿਸੇ ਨੂੰ ਕੀ ਕਰ ਲਾਂਗੇ ਕੋਈ ਗਿਲਾ ਨਹੀਂ ਗੁਰੂ ਤੇ ਨਾ ਸ਼ੁਕਰ ਆ ਬਸ ਸ਼ੁਕਰ ਹੈ ਉਹਦਾ ਵੀ ਅੱਛਾ ਇੱਕ ਗੱਲ ਪੁੱਛਦਾ ਇੱਕ ਮਨ ਦੀ ਇੱਛਾ ਕੋਈ ਹੈਗੀ ਆ ਕਿ ਮੈਨੂੰ ਆਹ ਚੀਜ਼ ਮਿਲ ਜੇ ਤਾਂ ਮੇਰਾ ਕੰਮ ਵਧੀਆ ਹੋ ਜੇ ਕੋਈ ਇੱਛਾ ਬਾਬਾ ਜੀ ਇੱਛਾ ਇਹੋ ਆ ਵੀ ਰੇੜੀ ਮਿਲ ਜੇ ਅੱਛਾ ਤੇ ਆਪਣਾ ਕਾਰੋਬਾਰ ਮਾੜਾ ਮੋੜ ਜਿਹੜਾ ਇੱਥੇ ਵੱਧ ਸਮਾਨ ਪਈ ਥੋੜਾ ਬਹੁਤ ਅੱਛਾ ਇਹ ਤੁਹਾਡੀ ਇੱਛਾ ਵਾ ਹਾਂਜੀ ਗੰਡੇ ਪਾਲਾਂਗੇ ਆਲੂ ਪਾਲਾਂਗੇ ਤੇ ਤੋਂ ਪੈਸੇ ਲੈ ਲੂਗੇ ਧਾਰੀ ਸੁਧਾਰੀ ਠੀਕ ਹੈ ਇਹ ਤੁਹਾਡੀ ਇੱਛਾ ਵਾ ਹਾਂਜੀ ਤੇ ਲੈਣੀ ਹੁੰਦੀ ਰੇੜੀ ਨਹੀਂ ਜੀ ਬਾਬਾ ਜੀ ਸੱਤਾਂ ਲੱਗੀਆਂ ਐਕਸੀਡੈਂਟ ਹੋਇਆ ਨਹੀਂ ਕਿੰਨੇ ਦੀ ਆਉਂਦੀ ਹੈ ਪਤਾ ਨੀ ਬਾਬਾ ਜੀ 10-12 ਹਜ਼ਾਰ ਦੀ ਕਹੂਗੀ ਤੇ ਉਹ ਤੁਸੀਂ ਖਰੀਦ ਨੀ ਸਕਦੇ ਨਹੀਂ ਖਰੀਦ ਸਕਦੇ 12,000 ਰੁਪਇਆ ਨਹੀਂ ਹੈ ਨੀ ਬਾਬਾ ਜੀ ਤੁਹਾਡੇ ਤੁਹਾਨੂੰ ਦੱਸਣ ਦੇ ਟਾਈਮ 30 ਰੁਪਏ ਕਮਾਈ ਸੀ ਅੱਧੀ ਤੇ ਇਹਨਾਂ ਨਾਲ ਘਰ ਦਾ ਸਰਕਲ ਚੱਲੂ ਜਾਂ ਰੇੜੀ ਖਰੀਦਾਂਗੇ ਤੇ ਜੇਕਰ ਗੁਰੂ ਰਾਮਦਾਸ ਪਾਤਸ਼ਾਹ ਲੈ ਜਾਣ ਫੇਰ ਫੇਰ ਤੇ ਕਿਰਪਾ ਜੀ ਉਹਦਾ ਸ਼ੁਕਰ ਕਰਾਂਗੇ ਬਿਲਕੁਲ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਬਾ ਜੀ ਮੈਂ ਤੁਹਾਡੇ ਕੋਲ ਐਕਚੁਅਲੀ ਤੁਹਾਨੂੰ ਜਾਂਦਿਆਂ ਹੋਇਆ ਦੇਖਿਆ ਸੀ ਠੀਕ ਹੈ ਜੀ ਹਾਂਜੀ ਤੇ ਮੈਨੂੰ ਤੁਹਾਡੇ ਨਾ ਪਿੱਛੋਂ ਜਿਹੜੀ ਕਮੀਜ਼ ਤੁਹਾਡੀ ਪਾਟੀ ਹੋਈ ਹੈ ਪਿੱਛੋਂ ਹਾਂਜੀ ਮੈਂ ਦੇਖਿਆ ਤੁਹਾਡੇ ਕੱਪੜੇ ਥੋੜੇ ਹੋਏ ਪਾਟੇ ਆ ਹਾਂਜੀ ਤੇ ਮੈਨੂੰ ਲੱਗਾ ਸੀ ਤੁਹਾਨੂੰ ਦੇਖ ਕੇ ਸਾਈਕਲ ਵੀ ਤੁਹਾਡਾ ਜਿਹੜਾ ਕਿ ਟੁੱਟਾ ਹੋਇਆ ਤੇ ਮੈਨੂੰ ਲੱਗਾ ਸੀ ਕਿ ਬਜ਼ੁਰਗ ਜਿਹੜੇ ਚੰਗੀ ਹਾਲਾਤਾਂ ਵਿੱਚ ਨਹੀਂ ਹੈਗੇ ਹਾਂਜੀ ਤਾਂ ਕਰਕੇ ਤੁਹਾਨੂੰ ਬ੍ਰੇਕ ਮਰਵਾ ਲਈ ਹਾਂਜੀ ਬਾਬਾ ਜੀ ਤੇ ਬਾਬਾ ਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਠੀਕ ਹੈ ਮੈਂ ਤੁਹਾਨੂੰ ਦੱਸ ਦਵਾਂ ਠੀਕ ਹੈ ਜੀ ਤੇ ਤੁਹਾਡੀ ਜਿਹੜੀ ਇੱਛਾ ਵਾ ਇੱਕ ਰੇੜੀ ਦੀ ਹਾਂਜੀ ਗੁਰੂ ਹੁਕਮਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਪੂਰੀ ਕਰ ਦੀਏ ਠੀਕ ਹੈ ਬਾਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਰਨਾ ਆਪਣੇ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ 2-3 ਦਿਨਾਂ ਤੱਕ ਫਿਰ ਸੰਪਰਕ ਕਰਾਂਗਾ ਤੁਹਾਡਾ ਕੀ ਫੋਨ ਨੰਬਰ ਹੈਗਾ ਫੋਨ ਨੰਬਰ ਨਹੀਂ ਹੈ ਨਹੀਂ ਨਹੀਂ ਹੈਗਾ ਐਕਚੁਅਲੀ ਬਾਬਾ ਜੀ ਅਸੀਂ ਤੁਹਾਡੀ ਵੀਡੀਓ ਦੇ ਜ਼ਰੀਏ ਨਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਸੀ ਉਹ ਇਹੀ ਸੀ ਕਿ ਤੁਹਾਡੇ ਵਰਗਿਆਂ ਦੀ ਬਾਹ ਫੜਨੀ ਕਿਰਤ ਦੇਣੀ ਹਾਂਜੀ ਬਾਬਾ ਅਸੀਂ ਤੁਹਾਡੀ ਵੀਡੀਓ ਅਸੀਂ ਨਾ ਸ਼ੇਅਰ ਕਰਾਂਗੇ ਪਿਆਰਿਓ ਲੋਕਾਂ ਤੱਕ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਸਿੱਖ ਕਦੀ ਮੰਗਦਾ ਨਹੀਂ ਮਿਹਨਤ ਕਰਦਾ ਮਿਹਨਤ ਕਰਦਾ ਤੁਸੀਂ ਮੰਗਦੇ ਨਹੀਂ ਪਏ ਤੁਸੀਂ ਮਿਹਨਤ ਕਰਦੇ ਪਏ ਹੋ ਹਾਂਜੀ ਬਾਬਾ ਜੀ ਬੇਸ਼ੱਕ ਤੁਸੀਂ 30 ਰੁਪਏ ਕਮਾਇਆ ਹਾਂਜੀ ਤੇ ਜੇ ਤੁਸੀਂ ਮੰਗਦੇ ਹੁੰਦੇ ਨਾ ਹੁਣ ਤੱਕ ਤੁਸੀਂ 300 ਰੁਪਇਆ ਕਮਾ ਕੇ ਲੈਣਾ ਸੀ ਪਰ ਗੁਰੂ ਨਾਨਕ ਦਾ ਸਿੱਖ ਕਦੀ ਮੰਗਦਾ ਨਹੀਂ ਜੀ ਠੀਕ ਹੈ ਜੀ ਇਹ ਚੀਜ਼ ਤੁਸੀਂ ਅੱਜ ਜ਼ਾਹਿਰ ਕੀਤੀ ਆ ਹਾਂਜੀ ਤੇ ਤੁਹਾਡੀ ਕਮਾਈ ਜਿਹੜੀ ਹੈ ਜਿਹੜੀ ਤੁਸੀਂ 30 ਰੁਪਏ ਫੜੇ ਨਾ ਖਾਲਸਾ ਜੀ ਹਾਂਜੀ ਇਹ ਜਿਹੜੀ ਕਿਰਤ ਦੀ ਕਮਾਈ ਹੈ ਇਹ ਉਹਨਾਂ 300 ਤੋਂ ਵੀ ਵਧੀਆ ਵਾ ਜਿਹੜੇ ਮੰਗ ਮੰਗ ਕੇ ਖਾਂਦੇ ਆ ਹਾਂਜੀ ਠੀਕ ਹੈ ਜੀ ਤੁਸੀਂ ਕਿਰਤ ਦੀ ਕਮਾਈ ਕਰਦੇ ਹੋ ਤੇ ਤੁਹਾਡੇ ਅੱਗੇ 100 ਵਾਰੀ ਸਲਾਮ ਆ ਖਾਲਸਾ ਜੀ ਠੀਕ ਹੈ ਤੁਸੀਂ ਇੱਕ ਸਾਡੀ ਬੁਨਿਆਦ ਹੋ ਕਿ ਸਿੱਖ ਕਦੀ ਮੰਗਦਾ ਨਹੀਂ ਮਿਹਨਤ ਕਰਦਾ ਮਿਹਨਤ ਕਰਦਾ ਗੁਰਸਿੱਖ ਆ ਬਜ਼ੁਰਗ ਹੋ ਗਿਆ ਕਿੰਨੀ ਉਮਰ ਹੋਣੀ ਬਾਬਾ ਜੀ ਬਾਬਾ ਜੀ ਹੋਊਗੀ 40-50 ਦੇ ਲਾਗੇ ਬੰਨੇ 50 ਦੇ ਲਾਗੇ ਬੰਨੇ ਹੋਣੀ ਹਾਂਜੀ ਦੇਖ ਲੋ ਇੱਕ ਰੇੜੀ ਦੀ ਦਿਲੋਂ ਤਮੰਨਾ ਲੇਕਿਨ ਖਰੀਦ ਨਹੀਂ ਸਕਦਾ ਖਰੀਦ ਨਹੀਂ ਸਕਦੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਕਰਨ ਆਪਾਂ ਇਸ ਬਜ਼ੁਰਗ ਦੀ ਜਿਹੜੀ ਇੱਛਾ ਹੈ ਨਾ ਉਹ ਅਸੀਂ ਪੂਰਾ ਕਰਕੇ ਦਈਏ ਸੰਗਤ ਜੀ ਬਾਬਾ ਜੀ ਖੁਸ਼ ਹੋ ਗਏ ਉਦੋਂ ਜਦੋਂ ਮਿਲ ਜੂਗੀ ਰੇ ਮੈਂ ਨਾ ਸ਼ੁਕਰਾਨਾ ਕਰਾਂਗਾ ਗੁਰੂ ਅਰਜਨ ਦੇਵ ਦਾ ਚਲੋ ਪਿਆਰਿਓ ਜੋ ਸਾਨੂੰ 4 ਦਿਨ ਦੇ ਦਿਓ